ਓਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾਹੂੰ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹੂ ਓਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾਹੂ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹੂ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋ ਨ ਸਕਾਈ ਮਿਲ ਸਾਧੂ ਗੁਣ ਗਾਹੋ ਜਹਿ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਬਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾਹੋ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈ ਆਹੋ ਓਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਓਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਉੱਪਰ ਅੱਜ ਪੋਹ ਦੇ ਮਹੀਨੇ ਦੀ ਸੰਗਰਾਂਦ ਨੂੰ ਮਨਾਉਂਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ। ਸਤਿਗੁਰਾਂ ਦੇ ਦਰ ਉੱਪਰ ਹਾਜ਼ਰੀਆਂ ਭਰੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12 ਮਹੀਨਿਆਂ ਦਾ ਵਰਣਨ ਕੀਤਾ ਗਿਆ ਹੈ। ਇਹਨਾਂ 12 ਮਹੀਨਿਆਂ ਦੇ ਵਿੱਚ ਵੱਖ ਵੱਖ ਰੁੱਤਾਂ ਦਾ ਵਰਣਨ ਕੀਤਾ ਗਿਆ ਹੈ ਔਰ ਇਹਨਾਂ ਰੁੱਤਾਂ ਦੇ ਵਿੱਚ ਸੰਸਾਰੀ ਜੀਵਾਂ ਉੱਪਰ ਕੀ ਪ੍ਰਭਾਵ ਪੈਂਦਾ ਹੈ ਅਤੇ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਹਨ ਉਹਨਾਂ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ, ਇਹ ਸਾਰਾ ਵਰਣਨ ਕੀਤਾ ਹੈ। ਜਿਸ ਤਰ੍ਹਾਂ ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਪੋਹ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ, ਕਿਉਂਕਿ ਇਹ ਮਹੀਨਾ ਜਿਹੜਾ ਹੈ ਠੰਡ ਵਾਲਾ ਮਹੀਨਾ ਹੈ, ਕੱਕਰ ਵਾਲਾ ਮਹੀਨਾ ਹੈ। ਜਿਹੜੀ ਠੰਡ ਹੈ
ਉਹ ਹੱਡਾਂ ਨੂੰ ਚੀਰਦੀ ਹੈ। ਇਸ ਤਰ੍ਹਾਂ ਵਖਿਆਣ ਸਤਿਗੁਰੂ ਜੀ ਨੇ ਕੀਤਾ ਹੈ। ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ। ਇਹ ਮਹੀਨਾ ਠੰਡ ਵਾਲਾ ਹੋਣ ਕਰਕੇ ਜਿੱਥੇ ਸੰਸਾਰੀ ਪੁਰਸ਼ਾਂ ਵਾਸਤੇ, ਸੰਸਾਰੀ ਜੀਵਾਂ ਵਾਸਤੇ, ਰੱਬ ਤੋਂ ਭੁੱਲਿਆਂ ਵਾਸਤੇ ਦੁਖਦਾਇਕ ਰੂਪ ਪ੍ਰਤੀਤ ਹੁੰਦਾ ਹੈ, ਉੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਹੈ, ਸਦਾ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ, ਉਸ ਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦੇ ਹਨ, ਕੋਈ ਐਸਾ ਸਵਾਸ ਨਹੀਂ ਜਿਹੜਾ ਪਰਮਾਤਮਾ ਦੇ ਧਿਆਨ ਦੇ ਵਿੱਚ, ਉਹਦੀ ਸੁਰਤੀ ਦੇ ਵਿੱਚ ਨਾ ਟਿਕਿਆ ਹੋਵੇ, ਉਹਨਾਂ ਨੂੰ ਜਿਹੜਾ ਇਹ ਕੱਕਰ ਹੈ, ਇਹ ਠੰਡ ਹੈ, ਉਹ ਵਿਆਪਦੀ ਨਹੀਂ ਹੈ, ਭਾਵ ਦੁਖਦਾਈ ਦੁੱਖ ਨਹੀਂ ਦੇ ਸਕਦੇ। ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ, ਕਿਉਂਕਿ ਉਸ ਜੀਵ ਇਸਤਰੀ ਦਾ ਜਿਹੜਾ ਮਨ ਹੈ ਨਾ, ਉਹ ਸਦਾ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਕਿਸ ਵਾਸਤੇ ਜੁੜਿਆ ਰਹਿੰਦਾ ਹੈ? ਇਸ ਆਸ ਦੇ ਨਾਲ ਕਿ ਕਦੋਂ ਉਸ ਪਰਮ ਪਿਤਾ ਪਰਮਾਤਮਾ ਪਤੀ ਪਰਮੇਸ਼ਵਰ ਦੇ ਮੈਨੂੰ ਦਰਸ਼ਨ ਹੋਣਗੇ, ਇਸੇ ਆਸ ਦੇ ਵਿੱਚ ਉਹ ਸਦਾ ਵਾਸਤੇ ਉਹਦੇ ਚਰਨਾਂ ਦੇ ਨਾਲ ਉਹ ਜੀਵ ਇਸਤਰੀ ਜਿਹੜੀ ਹੈ ਉਹ ਲੀਨ ਰਹਿੰਦੀ ਹੈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਲੇਕਿਨ ਇਹ ਸੁਭਾਗ ਜਿਹੜਾ ਹੈ, ਇਹ ਫਲ ਕਿਸ ਨੂੰ ਪ੍ਰਾਪਤ ਹੁੰਦਾ ਹੈ? ਜਿਸ ਨੇ ਵੀ ਉਸ ਗੋਬਿੰਦ ਗੋਪਾਲ ਪ੍ਰਭੂ ਪਰਮਾਤਮਾ ਦਾ ਆਸਰਾ ਤੱਕਿਆ, ਇਹ ਜਿਹੜੀ ਸੇਵਾ ਹੈ ਇਸਦਾ ਲਾਹਾ ਕੇਵਲ ਤੇ ਕੇਵਲ ਉਸੇ ਜੀਵ ਇਸਤਰੀ ਨੂੰ ਮਿਲਦਾ ਹੈ। ਵਿਖਿਆ ਪੋਹੋ ਨਾ ਸਕਾਈ ਮਿਲ ਸਾਧੂ ਗੁਣ ਗਾਹੋ, ਸੰਸਾਰ ਦੀ ਮਾਇਆ। ਸੰਸਾਰ ਦੇ ਵਿੱਚ ਦੋ ਹੀ ਚੀਜ਼ਾਂ ਹਨ, ਇੱਕ ਪਰਮਾਤਮਾ ਹੈ, ਇੱਕ ਉਸਦੀ ਮਾਇਆ ਹੈ। ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ ਜਾਂ ਜਿੰਨਾ ਵੀ ਦ੍ਰਿਸ਼ਟਮਾਨ ਹੈ, ਜੋ ਕੁਝ ਵੀ ਦਿਸ ਰਿਹਾ ਹੈ, ਉਹ ਸਾਰਾ ਹੀ ਮਾਇਆ ਦਾ ਰੂਪ ਹੈ, ਪਰ ਉਹ ਮਾਇਆ ਵੀ ਪਰਮਾਤਮਾ ਦੀ ਹੈ ਤੇ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਆਤਮਾ ਜਿਹੜੀ ਹੈ ਉਹ ਆਪਣੇ ਵਿੱਚ ਵਿਆਪ ਰਹੀ ਹੈ। ਤਾਂ ਸਤਿਗੁਰੂ ਜੀ ਕਹਿ ਰਹੇ ਹਨ, ਜਿੱਥੇ ਜੀਵ ਇਸਤਰੀਆਂ ਜੋ ਦੁਨਿਆਵੀ ਹਨ ਉਹ ਇਸ ਮਾਇਆ ਦੇ ਵਿੱਚ ਗੁਰਤਾਨ ਹੋ ਕੇ ਤਰਾਹੀ ਤਰਾਹੀ ਕਰਦੀਆਂ ਹਨ, ਉਸ ਦੇ ਵਿੱਚ ਗਰਸੀਆਂ ਰਹਿੰਦੀਆਂ ਹਨ, ਪਰ ਜਿਹੜੇ ਸਾਧੂਆਂ ਦੀ ਸੰਗਤ ਕਰਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ, ਸਾਧੂ ਉਹ ਜਿਹੜੇ ਸਦੀਵੀ ਕਾਲ ਵਾਸਤੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ, ਜਦੋਂ ਫਿਰ ਉਹਨਾਂ ਦੀ ਸੰਗਤ ਕਰਕੇ ਇਹ ਜੀਵ ਇਸਤਰੀ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ ਉਹਦੇ ਗੁਣਾਂ ਨੂੰ ਗਾਉਂਦੀ ਹੈ, ਤਾਂ ਇਹ ਜਿਹੜੀ ਮਾਇਆ ਵਿਆਪ ਰਹੀ ਹੈ ਉਸ ਨੂੰ ਪੋਹ ਨਹੀਂ ਸਕਦੀ। ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ, ਫਿਰ ਹੁਣ ਇਹ ਆਤਮਾ ਤਾਂ ਪਰਮਾਤਮਾ ਦਾ ਅੰਸ਼ ਹੈ, ਉਸ ਉੱਤੋਂ ਵਿਛੋੜਾ ਇਸ ਨੂੰ ਤਾਂ ਹੋ ਗਿਆ ਕਿ ਇਸਨੇ ਆਪਣੀ ਹੋਂਦ ਨੂੰ ਬਰਕਰਾਰ ਰੱਖ ਲਿਆ। ਪਰਮਾਤਮਾ ਤੋਂ ਉਪਜੀ ਹੋਣ ਕਰਕੇ ਇਹ ਬਾਹਰ ਮੁਖੀ ਹੋ ਗਈ ਤਾਂ ਇਹਨੇ ਆਪਣੀ ਹੋਂਦ ਨੂੰ ਵੱਖਰਾ ਬਣਾ ਲਿਆ। ਇਹ ਪ੍ਰਤੀਤ ਹੋਣ ਲੱਗ ਪਿਆ ਕਿ ਮੈਂ ਇੱਕ ਵੱਖਰੀ ਚੀਜ਼ ਹਾਂ। ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਬੁਲਬਲਾ ਉਤਪਦਾ ਹੈ ਤਾਂ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਮੈਂ ਤਾਂ ਬੁਲਬਲਾ ਹਾਂ, ਪਰ ਜਦੋਂ ਉਹ ਦੁਬਾਰਾ ਪਾਣੀ ਦੇ ਵਿੱਚ ਸਮਾ ਜਾਂਦਾ ਹੈ
ਤਾਂ ਆਪਣੇ ਆਪ ਨੂੰ ਕੇਵਲ ਤੇ ਕੇਵਲ ਪਾਣੀ ਦਾ ਹੀ ਰੂਪ ਸਮਝਦਾ ਹੈ। ਇਸ ਕਰਕੇ ਜਦੋਂ ਸੱਚੀ ਪ੍ਰੀਤ ਦੇ ਨਾਲ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਅਸੀਂ ਉਸ ਪ੍ਰਭੂਪਤੀ ਪਰਮਾਤਮਾ ਦੀ ਉਸਤਤ ਕਰਾਂਗੇ, ਉਸ ਦੇ ਗੁਣਾਂ ਨੂੰ ਗਾਵਾਂਗੇ, ਤਾਂ ਦੁਬਾਰਾ ਫਿਰ ਉਸੇ ਪਰਮਾਤਮਾ ਦੇ ਵਿੱਚ ਹੀ ਸਮਾ ਜਾਵਾਂਗੇ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ। ਫਿਰ ਜਦੋਂ ਸੱਚੀ ਪ੍ਰੀਤ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਭਜਨ ਬੰਦਗੀ ਨੂੰ ਕਰਾਂਗੇ ਤਾਂ ਫਿਰ ਪਰਮਾਤਮਾ ਤੁਹਾਡੀ ਬਾਂਹ ਫੜ ਲਏਗਾ, ਆਪਣੇ ਚਰਨਾਂ ਦੇ ਨਾਲ ਜੋੜ ਲਏਗਾ, ਆਪਣੇ ਦਰਸ਼ਨ ਦੀਦਾਰ ਬਖਸ਼ ਕੇ ਆਪਣੇ ਵਿੱਚ ਅਭੇਦ ਕਰ ਲਏਗਾ, ਤਾਂ ਦੁਬਾਰਾ ਫਿਰ ਆਉਣ ਜਾਣ ਦਾ ਜਿਹੜਾ ਵਿਛੋੜਾ ਹੈ ਉਹ ਇਸ ਜੀਵ ਇਸਤਰੀ ਨੂੰ ਨਹੀਂ ਪੈਂਦਾ। ਬਾਹਰ ਜਾਓ ਲੱਖ ਬੇਰੀਆਂ ਹਰ ਸੱਜਣ ਅਗਮ ਅਗਾਹ ਹੋ। ਉਹ ਅਗਮ ਅਗਾਹ ਸੱਜਣ ਜਿਹੜਾ ਹੈ ਬੜਾ ਡੂੰਘਾ ਹੈ, ਬੜਾ ਵਿਸ਼ਾਲ ਹੈ, ਉਸਦਾ ਕੋਈ ਪਾਰਾਵਾਰ ਨਹੀਂ, ਕੋਈ ਆਦ ਨਹੀਂ, ਕੋਈ ਅੰਤ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਹਨ ਮੈਂ ਬਾਰ ਬਾਰ ਉਸ ਤੋਂ ਬਲਹਾਰ ਨਹੀਂ ਜਾਂਦਾ ਹਾਂ। ਸ਼ਰਮ ਪਈ ਨਾ ਰਾਏ ਨੇ ਨਾਨਕ ਦਰ ਪਈ ਆਹ। ਪਰਮਾਤਮਾ ਸ਼ਰਨ ਆਇਆਂ ਦੀ ਲਾਜ ਰੱਖਦਾ ਹੈ। ਇਹ ਗੁਣ ਉਸ ਸਤਿਗੁਰੂ ਦੇ ਵਿੱਚ ਹਨ। ਅਸੀਂ ਜਿੰਨੇ ਵੀ ਬੁਰੇ ਕਰਮ ਕਰਦੇ ਹਾਂ, ਆਪਣਿਆਂ ਬੁਰਿਆਂ ਕਰਮਾਂ ਕਰਕੇ, ਵਿਕਾਰਾਂ ਕਰਕੇ ਉਸ ਤੋਂ ਵਿਛੜ ਚੁੱਕੇ ਹਾਂ, ਲੇਕਿਨ ਜਦੋਂ ਉਸਦੀ ਸ਼ਰਨ ਵਿੱਚ ਆਵਾਂਗੇ, ਆਪਣੇ ਭੁੱਲ ਦਾ ਅਹਿਸਾਸ ਕਰਾਂਗੇ, ਦੁਬਾਰਾ ਬਖਸ਼ੇ ਜਾਵਾਂਗੇ, ਤਾਂ ਸਤਿਗੁਰੂ ਜੀ ਕਹਿੰਦੇ ਹਨ ਜਦੋਂ ਉਸਦੀ ਸ਼ਰਨ ਵਿੱਚ ਜਾਓਗੇ ਤਾਂ ਸਤਿਗੁਰੂ ਨੂੰ ਉਸਦੀ ਸ਼ਰਨ ਜਿਹੜੀ ਹੈ ਉਹ ਰੱਖਣੀ ਪੈਂਦੀ ਹੈ, ਸ਼ਰਨਾਗਤ ਆਇਆਂ ਦੀ ਲਾਜ ਰੱਖਣੀ ਪੈਂਦੀ ਹੈ। ਪੋਖ ਸੁਹੰਦਾ ਸਰਬ ਸੁੱਖ ਜਿਸ ਬਖਸ਼ੇ ਬੇਪਰਵਾਹ। ਉਹ ਬੇਪਰਵਾਹ ਸਤਿਗੁਰੂ ਜਿਸ ਉੱਤੇ ਬਖਸ਼ਿਸ਼ ਕਰ ਦੇਵੇ, ਇਹ ਪੋਹ ਦਾ ਮਹੀਨਾ ਜਿਹੜਾ ਹੈ ਉਸੇ ਨੂੰ ਸੁਹਾਵਣਾ ਲੱਗਦਾ ਹੈ, ਉਸੇ ਨੂੰ ਹੀ ਸੁਹੰਦਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਨ, ਅੱਜ ਦੇ ਮਹੀਨੇ ਆਪਾਂ ਸਤਿਗੁਰਾਂ ਦੀ ਸ਼ਰਨ ਲਈ ਹੈ, ਸ਼ਰਨਾਗਤ ਆਏ ਹਾਂ, ਸਤਿਗੁਰੂ ਸਾਰਿਆਂ ਸ਼ਰਨ ਆਇਆਂ ਦੀ ਲਾਜ ਰੱਖਣ, ਬਖਸ਼ਿਸ਼ ਕਰਨ, ਲੇਕਿਨ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਪ੍ਰੀਤ ਨਾਲ, ਪ੍ਰੀਤ ਔਰ ਪ੍ਰਤੀਤ, ਇਹ ਦੋ ਚੀਜ਼ਾਂ ਜਿਹੜੀਆਂ ਹਨ ਉਹ ਜੀਵ ਨੂੰ ਧਾਰਨੀਆਂ ਚਾਹੀਦੀਆਂ ਹਨ, ਇੱਕ ਸੱਚੀ ਪ੍ਰੀਤ ਔਰ ਪ੍ਰਤੀਤ, ਤਾਂ ਹੀ ਸਾਡਾ ਇੱਥਾ ਜਿਹੜਾ ਆਉਣਾ ਹੈ ਉਹ ਸਫਲ ਹੋਣਾ ਹੈ। ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਭਰੋਸਾ ਬਖਸ਼ਿਸ਼ ਕਰਨ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਣੀ ਹੈ, ਉਪਰੰਤ ਗੁਰੂ ਕੇ ਲੰਗਰਾਂ ਵਿੱਚ ਚਾਹ ਦੇ ਲੰਗਰ ਤਿਆਰ ਹਨ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।